ਇਸ ਗੱਲ ਦੀ ਹੈਰਾਨੀ ਵੀ ਆ ਕਿ ਉੱਥੇ ਰੂਲਿੰਗ ਪਾਰਟੀ ਦਾ ਇੱਕ ਵਿਧਾਇਕ ਭਾਰਤ ਵਿੱਚ ਜਾਣ ਕੇ ਪਾਕਿਸਤਾਨ ਤੋਂ ਰਾਜਸੀ ਸ਼ਰਨ ਲਵੇ। ਸੋ ਮੈਂ ਸਮਝਦਾ ਕਿ ਸ਼੍ਰੀ ਇਮਰਾਨ ਖਾਨ ਜੀ ਨੂੰ ਘੱਟ ਗਿਣਤੀਆਂ ਬਾਰੇ ਜੋ ਉੱਥੇ ਵਰਤਾਓ ਹੋ ਰਿਹਾ ਜਾਂ ਉੱਥੇ ਵਾਤਾਵਰਨ ਬਣ ਰਿਹਾ, ਪਹਿਲਾਂ ਇੱਕ ਸਿੱਖ ਬੱਚੀ ਦਾ ਧਰਮ ਪਰਿਵਰਤਨ ਜਬਰੀ ਕਰਨ ਦੀ ਗੱਲ, ਉਹ ਤੋਂ ਬਾਅਦ ਇੱਕ ਕ੍ਰਿਸ਼ਚੀਅਨ ਲੜਕੀ ਦਾ ਧਰਮ ਪਰਿਵਰਤਨ ਜਬਰੀ ਕਰਨ ਦੀ ਗੱਲ, ਅਤੇ ਹੋਰ ਵੀ ਪਹਿਲਾਂ ਵੀ 25-30 ਘਟਨਾਵਾਂ ਆਈਆਂ ਵਾਪਰੀਆਂ, ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਉੱਥੋਂ ਦੇ ਸਰਕਾਰ ਨੂੰ ਲਾਜ਼ਮੀ ਤੌਰ 'ਤੇ ਇਸ ਵੱਲ ਧਿਆਨ ਦੇਣਾ ਹੋਊਗਾ, ਕਿਉਂਕਿ ਅੱਜ ਦੁਨੀਆ ਇੱਕ ਆ, ਦੁਨੀਆ ਦੇ ਵਿੱਚ ਹਰ ਗੱਲ 'ਤੇ ਨਜ਼ਰ ਰੱਖੀ ਜਾਂਦੀ ਆ। ਔਰ ਭਾਰਤ ਸਰਕਾਰ ਨੇ ਜਿਵੇਂ ਸਿੱਖ ਬੱਚੀ ਦੇ ਧਰਮ ਪਰਿਵਰਤਨ ਕਰਨ ਦੇ ਮਾਮਲੇ ਦੇ ਵਿੱਚ ਡਿਪਲੋਮੈਟਿਕ ਲੈਵਲ 'ਤੇ ਪ੍ਰੈਸ਼ਰ ਪਾਇਆ ਪਾਕਿਸਤਾਨ ਸਰਕਾਰ 'ਤੇ, ਇਹ ਪੋਲੀਟੀਕਲ ਅਸਾਈਲਮ ਲੈਣ ਦੇ ਮਸਲੇ ਦੇ ਵਿੱਚ ਵੀ ਅਸੀਂ ਮੰਗ ਕਰਾਂਗੇ ਕਿ ਭਾਰਤ ਸਰਕਾਰ ਡਿਪਲੋਮੈਟਿਕ ਲੈਵਲ 'ਤੇ ਅੰਤਰਰਾਸ਼ਟਰੀ ਪ੍ਰੈਸ਼ਰ ਪਾ ਕੇ ਇਸ ਤਰ੍ਹਾਂ ਨੂੰ ਅੱਗੇ ਨੂੰ ਨਾ ਕਿਸੇ ਨੂੰ ਮਜਬੂਰ ਹੋਣਾ ਪਵੇ ਇਹਨੂੰ ਰੋਕੇ। ਇਹ ਕੁਦਰਤੀ ਤੌਰ 'ਤੇ ਆ, ਕਿਉਂਕਿ ਹੁਣ ਜਿਸ ਹਿਸਾਬ ਨਾਲ ਉਹਨਾਂ ਨੇ ਪੋਲੀਟੀਕਲ ਅਸਾਈਲਮ ਮੰਗੀ ਆ, ਇਹ ਲਾਜ਼ਮੀ ਤੌਰ 'ਤੇ ਅਸੀਂ ਮੰਗ ਕਰਾਂਗੇ ਕਿ ਭਾਰਤ ਸਰਕਾਰ ਉਹਨੂੰ ਪੋਲੀਟੀਕਲ ਅਸਾਈਲਮ ਦੇਵੇ, ਨਹੀਂ ਤਾਂ ਉਹਦੇ ਜੀਵਨ ਨੂੰ ਵੀ ਖਤਰਾ ਹੈ ਜੇ ਉਹ ਪਾਕਿਸਤਾਨ ਜਾਏਗਾ ਹੁਣ। ਸੋ ਅੱਗੇ ਨੂੰ ਕੋਈ ਇਸ ਤਰ੍ਹਾਂ ਦੀ ਨਾ ਲੋੜ ਪਵੇ ਕਿਸੇ ਨੂੰ, ਇਹ ਯਕੀਨੀ ਇਮਰਾਨ ਖਾਨ ਜੀ ਨੂੰ ਬਣਾਉਣਾ ਪਏਗਾ, ਦੁਨੀਆ ਨੂੰ ਦੱਸਣਾ ਪਏਗਾ, ਇਹ ਸਾਡੀ ਮੰਗ ਆ।